ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਨੇ MSW ਸਟੱਡੀ ਫਾਰ ਜੌਬ ਦੇ ਵਿੱਚ ਅੱਜ ਜੋ ਆਪਾਂ ਸਾਇੰਸ ਦੀ MCQ ਕਰਨੇ ਆ ਰਹੇ ਹਾਂ ਠੀਕ ਹੈ ਸائیں ਕੋਈ ਵੀ ਕੰਪੀਟੀਸ਼ਨ ਇਗਜ਼ਾਮ ਹੋਵੇ ਜਿਸ ਦੇ ਵਿੱਚ ਸਾਇੰਸ ਦੇ ਕੁਐਸਚਨ ਪੁੱਛੇ ਜਾਂਦੇ ਹਨ ਉਹਨਾਂ ਲਈ ਸਾਰਿਆਂ ਲਈ ਕੀ ਲਾਹੇਵੰਦ ਹੈ ਮੇਨਲੀ ਜੋ ਹੁਣ ETD ਦੀ ਪੋਸਟਾਂ ਆਈਆਂ ਹੋਈਆਂ ਨੇ ਠੀਕ ਹੈ ਉਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਹੁਣ ਫਿਲਹਾਲ ਜ਼ਿਆਦਾ ਉਹਨਾਂ ਦੇ ਵਿੱਚ ਤੁਹਾਡੇ ਕੀ ਆਉਣਗੇ ਕੰਮ ਆਉਣਗੇ ਕੁਐਸਚਨ ਇਹ ਉਹਨੂੰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਫਰਸਟ ਕੁਐਸਚਨ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਆਪਣੇ ਕੋਲ ਕੀ ਹੈ ਜੀ ਸਾਬਣ ਅਤੇ ਮੈਲ ਨਿਵਾਰਕ ਵਿੱਚੋਂ ਕਿਹੜਾ ਪਦਾਰਥ ਜੈਵਿਕਟਣਸ਼ੀਲ ਹੈ ਪਹਿਲਾਂ ਤਾਂ ਦੇਖੋ ਜੈਵਿਕਟਣਸ਼ੀਲ ਹੁੰਦਾ ਕੀ ਹੈ ਜੈਵਿਕਟਣਸ਼ੀਲ ਉਹ ਹੁੰਦਾ ਜਿਸ ਦੀ ਰਹਿਣ ਖੁੰਦ ਨਾ ਰਹੇ ਮੀਨਜ਼ ਖਤਮ ਹੋ ਜੇ ਠੀਕ ਹੈ ਤਾਂ ਉਹ ਜਿਹੜਾ ਜੈ ਖਤਮ ਹੋ ਜਾਂਦਾ ਉਹ ਕਿਹਨੂੰ ਕੀ ਕਹਦੇ ਨੇ ਆਪਾਂ ਜੈਵਿਕਟਣਸ਼ੀਲ ਕਹਿੰਦੇ ਨੇ ਬਾਇਓ ਡਿਗਰੀਡੇਬਲ ਸਬਸਟੈਂਸ ਬਾਇਓ ਡਿਗਰੀਡੇਬਲ ਸਬਸਟੈਂਸ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਬਾਇਓ ਡਿਗਰੀਡੇਬਲ ਸਬਸਟੈਂਸ ਹੈ ਮੀਨ ਜਿਹੜਾ ਪ੍ਰਦੂਸ਼ਣ ਵੀ ਕੱਟ ਕਰਦਾ ਕਹਿ ਸਕਦੇ ਆਪਾਂ ਸਾਬਣ ਮੈਲ ਨਿਵਾਰਕ ਜਾਂ ਦੋਨੋਂ ਹੀ ਅਵਿਕਟਨਸ਼ੀਲ ਨੇ ਜਾਂ ਕਹਿੰਦੇ ਦੋਨੋਂ ਹੀ ਨਾਨ ਬਾਇਓਡੀਗਰੇਡੇਬਲ ਨੇ ਤੇ ਇਹਦਾ ਜਿਹੜਾ ਕਰੈਕਟ ਆਨਸਰ ਹੈਗਾ ਉਹ ਹੈਗਾ ਫਸਟ ਸਾਬਣ ਸਾਬਣ ਕੀ ਹੈ ਜਿਹੜਾ ਵਿਕਟਨਸ਼ੀਲ ਹੈ ਤੇ ਮੈਲ ਨਿਵਾਰਕ ਕੀ ਹੈ ਅਵਿਕਟਨਸ਼ੀਲ ਮੈਲ ਨਿਵਾਰਕ ਹੁੰਦੇ ਕੀ ਹੈ ਜਿੱਦਾਂ ਸਾਬਣ ਨੂੰ ਛੱਡ ਕੇ ਬਾਕੀ ਸਾਰੇ ਕਲੀਨਿੰਗ ਸਬਸਟੈਂਸ ਨੇ ਜਿਹੜੇ ਠੀਕ ਹੈ ਕੋਈ ਵੀ ਈਜ਼ੀ ਵਗੈਰਾ ਸਰਫ ਵਗੈਰਾ ਟਾਈਡ ਸਰਫ ਵਗੈਰਾ ਕੋਈ ਵੀ ਇਹ ਸਾਰੇ ਕੀ ਨੇ ਮੈਲ ਨਿਵਾਰਕ ਨੇ ਤਾਂ ਆਪਸ਼ਨ ਆਪਣਾ ਆ ਜਾਏਗਾ ਸਾਬਣ ਫਸਟ ਦਾ ਕੀ ਆ ਗਿਆ ਆਪਣੇ ਕੋਲੇ ਸਾਬਣ ਆਨਸਰ ਹੈ ਅੱਗੇ ਆ ਗਿਆ ਆਪਣੇ ਕੋਲੇ ਮਨੁੱਖੀ ਸਰੀਰ ਦੇ ਵਿੱਚ ਪਾਚਨ ਪ੍ਰਕਿਰਿਆ ਕਿੱਥੋਂ ਸ਼ੁਰੂ ਹੁੰਦੀ ਹੈ ਮਨੁੱਖੀ ਸਰੀਰ ਦੇ ਵਿੱਚ ਪਾਚਨ ਪ੍ਰਕਿਰਿਆ ਕਿੱਥੋਂ ਸ਼ੁਰੂ ਹੁੰਦੀ ਹੈ ਮੇਦੇ ਵਿੱਚੋਂ ਮੂੰਹ ਦੇ ਵਿੱਚੋਂ ਤਮਣੀਆ ਦੇ ਵਿੱਚੋਂ ਸ਼੍ਰਾਵਾਂ ਦੇ ਵਿੱਚੋਂ ਤਮਣੀਆ ਤੇ ਸ਼੍ਰਾਵਾਂ ਜੇ ਤੁਹਾਨੂੰ ਪਤਾ ਕਿ ਖੂਨ ਇਹਨਾਂ ਦੇ ਵਿੱਚੋਂ ਲੰਘਦਾ ਹੈ ਤੇ ਮੇਦਾ ਜਾਂ ਮੂੰਹ ਇਹਨਾਂ ਦੇ ਵਿੱਚ ਇੱਕ ਆਨਸਰ ਆਵੇਗਾ ਅਨਸਰ ਆ ਗਿਆ ਜੀ ਆਪਣਾ ਸੈਕਿੰਡ ਮੂੰਹ ਮੂੰਹ ਦੇ ਵਿੱਚੋਂ ਹੀ ਪਾਚਨ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਕਿਉਂ ਕਿਉਂਕਿ ਜਦੋਂ ਭੋਜਨ ਨੂੰ ਚਵਾ ਕੇ ਖਾਣੇ ਆ ਤਾਂ ਉੱਥੋਂ ਇੱਕ ਸ਼ੁਰੂ ਹੋ ਗਈ ਤਾਂ ਕਿ ਭੋਜਨ ਆਸਾਨੀ ਨਾਲ ਪਾਚੇ ਤਾਂ ਕਰਕੇ ਮੂੰਹ ਇਹਦਾ ਕੀ ਆਵੇਗਾ ਅਨਸਰ ਆਵੇਗਾ 22 ਦਾ 23 ਹੁਣ ਆ ਗਿਆ ਜੀ ਸਭ ਤੋਂ ਵੱਧ ਪਾਚਨ ਕਿੱਥੇ ਹੁੰਦਾ ਸਭ ਤੋਂ ਵੱਧ ਪਾਚਨ ਕਿੱਥੇ ਹੁੰਦਾ ਮੇਦੇ ਦੇ ਵਿੱਚ ਵੀ ਹੁੰਦਾ ਭੋਜਨ ਠੀਕ ਹੈ ਛੋਟੀ ਅੰਦਰ ਵੱਡੀ ਅੰਦਰ ਫੇਫੜੇ ਤਾਂ ਅਨਸਰ ਤੁਹਾਡਾ ਆਵੇਗਾ ਸੈਕਿੰਡ ਛੋਟੀ ਅੰਦਰ ਦੇ ਵਿੱਚ ਹੁੰਦਾ ਜਿਹੜਾ ਸਭ ਤੋਂ ਵੱਧ ਭੋਜਨ ਦਾ ਪਾਚਨ ਹੁੰਦਾ ਬਾਇਓ ਦਾ ਟਾਪਿਕ ਚੱਲ ਰਿਹਾ ਠੀਕ ਹੈ ਬਾਇਓ ਦੇ ਕੁਐਸਚਨ ਨੇ ਇਹ ਦੋਨੋਂ ਤੇ ਬਾਇਓ ਦੇ ਕੁਐਸਚਨ ਤੁਹਾਨੂੰ ਪਤਾ ਹੈ ਬਾਇਓ ਹੈ ਜਿਹੜੀ ਉਹ ਰੀਡ ਆਪਾਂ ਨੂੰ ਜ਼ਿਆਦਾ ਕਰਨੀ ਪੈਂਦੀ ਹੈ ਤਾਂ ਬਾਕੀ ਦੇ ਮੁਕਾਬਲੇ ਕਿਉਂਕਿ ਫਿਜ਼ਿਕਸ ਹੈ ਜਿਹੜੀ ਉਹ ਮੈਥ ਨਾਲ ਰਿਲੇਟਡ ਹੈ ਠੀਕ ਹੈ ਜੇ ਆਪਾਂ ਇੱਕ ਵਾਰ ਸਟੱਡੀ ਕਰ ਲਈ ਤਾਂ ਆਈ ਥਿੰਕ ਆਪੋ ਨਹੀਂ ਭੁੱਲਦੇ ਪਰਟ ਬਾਇਓ ਦੇ ਵਿੱਚ ਨੇਮਿੰਗ ਥੋੜੀ ਔਖੀ ਹੈ ਤਾਂ ਉਹ ਨੇਮਿੰਗ ਨੂੰ ਕੁਝ ਤਰੀਕੇ ਵੀ ਹੁੰਦੇ ਯਾਦ ਕਰਨ ਦੇ ਕਿ ਕਿੱਦਾਂ ਯਾਦ ਕਰਨੇ ਆ ਤਾਂ ਤੁਸੀਂ ਫੈਕਟ ਬਣਾ ਕੇ ਯਾਦ ਕਰ ਸਕਦੇ ਹੋ ਤਾਂ ਇਸ ਦਾ ਆਨਸਰ ਆਵੇਗਾ ਛੋਟੀ ਆਂਦਾ 24 ਮਨੁੱਖ ਦਾ ਖੂਨ ਦਾ ਰੰਗ ਲਾਲ ਕਿਸ ਦੇ ਕਾਰਨ ਹੁੰਦਾ ਹੈ ਲੈਗਨਿਨ ਹਿਮੋਗਲੋਬਿਨ ਜ਼ਾਇਲਮ ਤੇ ਫਲੋਇਮ ਜ਼ਾਇਲਮ ਤੇ ਫਲੋਇਮ ਕੀ ਨੇ ਇੱਕ ਟਿਸ਼ੂ ਨੇ ਤਾਂ ਕੀ ਨੇ ਟਿਸ਼ੂ ਇਹ ਤਾਂ ਨਹੀਂ ਆਨਸਰ ਆਉਂਦਾ ਟਿਸ਼ੂ ਕੀ ਹੁੰਦਾ ਹੈ ਗਰੁੱਪ ਆਫ ਸੈਲਸ ਸੈੱਲਾਂ ਦੇ ਸਮੂਹ ਨੂੰ ਗਰੁੱਪ ਟਿਸ਼ੂ ਕਹਿੰਦੇ ਆਂ ਇਸ ਦਾ ਆਨਸਰ ਆਵੇਗਾ ਜਿਹੜਾ ਸੈਕੰਡ ਆਨਸਰ ਆਵੇਗਾ ਹਿਮੋਗਲੋਬਿਨ ਲੈਗਨਿਨ ਵੀ ਇੱਕ ਹੈਗਾ ਆਪਣੇ ਕੋਲੇ ਬਸ ਤਾਂ ਯੂਜ਼ ਕਰ ਸਕਦੇ ਆਂ ਆਪਾਂ ਲੈਗਨਿਨ ਨੂੰ ਬਟ ਇਸ ਦਾ ਆਨਸਰ ਆਵੇਗਾ ਆਪਣੇ ਕੋਲੇ ਹਿਮੋਗਲੋਬਿਨ ਲੈਗਨਿਨ ਅਲੱਗ ਚੀਜ਼ ਲਈ ਯੂਜ਼ ਕੀਤਾ ਜਾਂਦਾ ਤੇ ਹਿਮੋਗਲੋਬਿਨ ਦੇ ਘਾਟ ਦੇ ਕਾਰਨ ਕੀ ਹੋ ਜਾਂਦਾ ਆਪਣਾ ਚਿਹਰਾ ਪੀਲਾ ਪੈ ਜਾਂਦਾ ਤੇ ਆਪਣੇ ਸਰੀਰ ਦੇ ਵਿੱਚ ਜਿਹੜੀ ਸੁਸਤੀ ਆ ਜਾਂਦੀ ਹੈ ਆਪਣਾ ਸਰੀਰ ਕੀ ਗੱਲ ਲੱਗ ਜਾਂਦਾ ਟੁੱਟਣ ਲੱਗ ਜਾਂਦਾ ਸਾਰਾ ਕਿਉਂ ਕਿਉਂਕਿ ਜਦੋਂ ਲਾ ਰੰਗ ਦੀ ਕਾਰਡ ਪੈ ਜੇ ਬਲੱਡ ਦੇ ਵਿੱਚ ਵਾਈਟ ਬਲੱਡ ਸੈਲਸ ਕਹਿੰਦੇ ਜੀ ਨੂੰ ਆਪਾਂ ਵਾਈਟ ਬਲੱਡ ਹੀ ਹੋ ਜਾਂਦਾ ਚਿੱਟਾ ਖੂਨ ਹੋ ਜਾਂਦਾ ਤੇ ਉਹ ਕਾਦੇ ਕਾਰਨ ਹੁੰਦਾ ਹੀਮੋਗਲੋਬਿਨ ਦੇ ਕਾਰਨ ਹਾਂਜੀ ਬਾਕੀ ਕੋ ਤੁਹਾਨੂੰ ਜ਼ਰੂਰੀ ਇਨਫੋਰਮੇਸ਼ਨ ਦੇਦੀ ਆਪਾਂ ਕਿ ਆਪਣੇ ਇੰਡੀਪੈਂਡੈਂਸ ਡੇ ਤੱਕ 15 ਅਗਸਤ ਤੱਕ ਤੁਸੀਂ ਕੀ ਕਰ ਸਕਦੇ ਕੋਰਸ ਜੁਆਇਨ ਕਰ ਸਕਦੇ ਹੋ ਜਿਹੜਾ ਈਟੀਟੀ ਦਾ ਹੈ ਤੇ ਚਾਹੇ ਉਹ ਪੰਜਾਬ ਪੁਲਿਸ ਕਨਸਟੇਬਲ ਦਾ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ ਕੋਰਸ ਹੈ ਉਹ 500 ਲੈਸ ਹੈ ਹੁਣ 15 ਅਗਸਤ ਤੱਕ ਮੀਨਸ ਤੁਹਾਨੂੰ ਕਿੰਨੇ ਦੇ ਵਿੱਚ ਪ੍ਰੋਵਾਈਡ ਹੋ ਰਿਹਾ ਓਨਲੀ 1500 ਰੁਪਏ ਦੇ ਵਿੱਚ ਪ੍ਰੋਵਾਈਡ ਹੋ ਰਿਹਾ ਈਟੀਟੀ ਦਾ ਕੋਰਸ ਵੀ 1500 ਰੁਪਏ ਦੇ ਵਿੱਚ ਔਰ ਪੰਜਾਬ ਪੁਲਿਸ ਕਨਸਟੇਬਲ ਦਾ ਕੋਰਸ ਵੀ ਜਿਹੜਾ ਉਹ 15% ਦੇ ਵਿੱਚ ਹੀ ਤੁਹਾਨੂੰ ਪ੍ਰੋਵਾਈਡ ਹੋ ਰਿਹਾ ਮੀਨਸ ਸਪੈਸ਼ਲ ਆਫਰ ਹੈ ਇਹ 15 ਅਗਸਤ ਤੱਕ ਹੀ ਹੋਵੇਗਾ ਉਸ ਤੋਂ ਬਾਅਦ ਕੀ ਹੋਵੇਗਾ ਇਨਕਰੀਜ਼ ਹੋ ਜਾਏਗਾ ਇਸ ਦਾ ਅਮਾਉਂਟ ਤਾਂ ਤੁਸੀਂ ਲਾਹਾ ਲੈ ਸਕਦੇ ਹੋ ਠੀਕ ਹੈ ਡੈਮੋ ਵੀਡੀਓਜ਼ ਵੀ ਹੈਗੀਆਂ ਉਹਦੇ ਵਿੱਚ ਜੇਕਰ ਤੁਹਾਨੂੰ ਡੈਮੋ ਵੀਡੀਓਜ਼ ਵਧੀਆ ਲੱਗੀਆਂ ਤਾਂ ਜਰੂਰ ਕੋਰਸ ਪਰਚੇਸ ਕਰੋ ਤੇ ਆਪਣੇ ਜਿਹੜੇ ਐਗਜ਼ਾਮ ਨੇ ਉਹ ਕਲੀਅਰ ਕਰੋ ਚਲੋ ਦੇਖਦੇ ਆਂ ਜੀ ਆਪਾਂ ਨੈਕਸਟ ਜੇਕਰ ਕੋਈ ਲੜਕਾ ਸਮਤਲ ਦਰਪਨ ਤੋਂ 1 ਮੀਟਰ ਦੀ ਦੂਰੀ ਤੇ ਖੜਾ ਹੈ ਤਾਂ ਪ੍ਰਤੀਬਿੰਬ ਤੇ ਲੜਕੇ ਦੀ ਦੂਰੀ ਪਤਾ ਕਰਨੀ ਆਪਾਂ ਦੇਖੋ ਇਹ ਆਪਣੇ ਕੋਲੇ ਸਮਤਲ ਦਰਪਨ ਹੈ ਇਹ ਲੜਕਾ ਖੜਾ ਹੈ ਇੱਧਰ ਇੱਥੇ ਪ੍ਰਤੀਬਿੰਬ ਬਣ ਰਿਹਾ ਮੀਨਸ ਇਮੇਜ ਬਣ ਰਹੀ ਹੈ ਪ੍ਰਤੀਬਿੰਬ ਕੀ ਹੁੰਦਾ ਹੈ ਇਮੇਜ ਹੁੰਦੀ ਹੈ ਫੋਟੋ ਇਹ ਠੀਕ ਹੈ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸੀਗਾ ਆਪਾਂ ਇਹ ਆਪਣੇ ਪਰਵਰਤਨ ਵਾਲੇ ਚੈਪਟਰ ਦੇ ਵਿੱਚ ਅਪਵਰਤਨ ਤੇ ਪਰਵਰਤਨ ਚੈਪਟਰ ਹੈ ਜਿਹੜਾ ਰਿਫਲੈਕਸ਼ਨ ਐਂਡ ਰੀਫ੍ਰੈਕਸ਼ਨ ਉਹਨੇ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਸੀ ਕਿ ਕੋਈ ਲੜਕਾ ਕੋਈ ਵੀ ਪਰਸਨ ਹੈ ਜਿਹੜਾ ਉਹ ਜਿੰਨੇ ਦੂਰ ਖੜਾ ਹੋਵੇਗਾ ਦਰਪਨ ਤੋਂ ਇਹ ਡਿਸਟੈਂਸ ਆ ਜਿਹੜਾ ਸਾਰਾ A ਤੋਂ B ਤੱਕ ਉਹਨਾ ਹੀ ਡਿਸਟੈਂਸ B ਤੋਂ C ਤੱਕ ਹੋਵੇਗਾ ਤਾਂ ਮੀਨਜ਼ ਇਮੇਜ ਵੀ ਉਨੀ ਹੀ ਪਿੱਛੇ ਬਣੇਗੀ ਤਾਂ ਜੇ 1 ਮੀਟਰ ਹੈ ਤਾਂ 1 ਮੀਟਰ ਇਹ ਹੋ ਗਿਆ ਤਾਂ ਇਹਨਾਂ ਵਿਚਕਾਰ ਆਪਾਂ ਪਤਾ ਕਰਨਾ ਹੈ ਲੜਕੇ ਤੇ ਇਮੇਜ ਦੇ ਵਿਚਕਾਰ ਕਿਤਾ ਕਿੰਨਾ ਹੋ ਗਿਆ 2 ਮੀਟਰ ਤਾਂ ਤੁਹਾਡਾ ਆਨਸਰ ਕਿੰਨਾ ਆ ਗਿਆ 2 ਮੀਟਰ ਨੈਕਸਟ ਜੀ ਜੇਕਰ ਅਪਤਲ ਦਰਪਨ ਦੀ ਸ਼ਕਤੀ ਹੈ ਜਿਹੜੀ ਉਹ 10 ਡਾਇਓਪਟਰ ਹੈ ਡੀ ਕੀ ਹੈ ਡਾਇਓਪਟਰ ਪਾਵਰ ਦੀ ਯੂਨਿਟ ਹੈ ਯਾਦ ਰੱਖਣਾ ਹੈ ਕੀ ਆਪਣੇ ਕੋਲੇ ਡਾਇਓਪਟਰ ਹੈ ਤੇ ਇਸ ਦੀ ਫੋਕਸ ਦੂਰੀ ਗਿਆਤ ਕਰੋ ਫੋਕਸ ਦੂਰੀ ਪਤਾ ਕਰਨੀ ਆਪਾਂ 10 ਮੀਟਰ 0.5 ਮੀਟਰ ਔਰ ਮੈਨਸ 0.19 0.1 ਤਾਂ ਦੇਖੋ ਇਹਦਾ ਆਨਸਰ ਕੀ ਆਵੇਗਾ ਅਪਤਲ ਦਰਪਣ ਦੀ ਜਿਹੜੀ ਫੋਕਸ ਦੂਰੀ ਹੁੰਦੀ ਹੈ ਨੈਗੇਟਿਵ ਹੁੰਦੀ ਹੈ ਸਿਰਫ ਉਹਦੇ ਵਿੱਚ ਕੀ ਕਿਹਾ ਪ੍ਰਮਾਣ ਪ੍ਰਮਾਣ ਦਾ ਮਤਲਬ ਕਿ ਇੱਕ ਵੈਲਿਊ ਦਿੱਤੀ ਆਪਾਂ ਨੂੰ ਡਾਇਰੈਕਸ਼ਨ ਨਹੀਂ ਦਿੱਤੀ ਜਿੱਦਾਂ ਆਪਾਂ ਕਰਦੇ ਹੁੰਨੇ ਆ ਠੀਕ ਹੈ ਤਾਂ ਅਪਤਲ ਦਰਪਣ ਦੀ ਫੋਕਸ ਦੂਰੀ ਨੈਗੇਟਿਵ ਹੁੰਦੀ ਹੈ ਹਮੇਸ਼ਾ ਪਾਵਰ ਵੀ ਨੈਗੇਟਿਵ ਹੁੰਦੀ ਹੈ ਬਟ ਉਹਦੇ ਵਿੱਚ ਇਕੱਲਾ ਪ੍ਰਮਾਣ ਤਾਂ ਕਰਕੇ ਲਿਖਿਆ ਹੋਇਆ ਹੈ ਤਾਂ ਕਿ ਤੁਹਾਨੂੰ ਆਨਸਰ ਕਲੀਅਰ ਨਾ ਹੋਵੇ ਕਿ ਕਿਹੜਾ ਆਵੇਗਾ ਤਾਂ ਜਿਹੜੀ ਫੋਕਸ ਦੂਰੀ ਹੁੰਦੀ ਹੈ ਉਹ ਹੁੰਦੀ ਹੈ 1/p ਤਾਂ ਕਿੰਨਾ ਆਨਸਰ ਆ ਗਿਆ ਆਪਣਾ 1/10 ਉੱਪਰ ਕੀ ਆ ਜੀਗਾ ਮਾਈਨਸ ਕਿਉਂਕਿ ਅਵਤਲ ਦਰਪਨ ਮਾਈਨਸ ਹੁੰਦਾ ਹੈ ਉਤਲ ਦਰਪਨ ਪਲੱਸ ਹੁੰਦਾ ਹੈ ਤਾਂ ਤੁਹਾਡਾ ਆਨਸਰ ਜਿਹੜਾ 4th ਆ ਜਾਏਗਾ ਮਾਈਨਸ 0.1 ਠੀਕ ਹੈ ਡਿਵਾਈਡ ਕਰਕੇ ਦੇਖੋਗੇ ਜਦੋਂ 1/10 ਨੂੰ ਤਾਂ ਮਾਈਨਸ 0.1 ਤੁਹਾਡਾ ਆਨਸਰ ਆ ਜਾਏਗਾ ਨੈਕਸਟ ਕੁਐਸਚਨ 27th ਪ੍ਰਤੀਰੋਧਕਤਾ ਦੀ ਮਾਤ੍ਰਕ ਇਕਾਈ ਕੀ ਹੈ ਪ੍ਰਤੀਰੋਧਕਤਾ ਦੀ ਮਾਤ੍ਰਕ ਇਕਾਈ ਓਮ ਮੀਟਰ ਹੈ ਓਮ ਹੈ ਮੋਹ ਹੈ ਮੋਹ ਵੀ ਹੈਗੀ ਹੈ ਜੀ ਆਪਣੇ ਕੋਲੇ ਕੋਫੀਸ਼ੀਐਂਟ ਹੈ ਵੀ ਇੱਕ ਟੈਂਪਰੇਚਰ ਕੋਫੀਸ਼ੀਐਂਟ ਦੀ ਯੂਨਿਟ ਹੈ ਐਂਪੀਅਰ ਕਿਹੜੀ ਯੂਨਿਟ ਹੈ ਐਂਪੀਅਰ ਤਾਂ ਜੀ ਦੇਖੋ ਬਹੁਤ ਵਰਤਿਆ ਜਾਂਦਾ ਐਂਪੀਅਰ ਤਾਂ ਹੀ ਹੈ ਕਰੰਟ ਦੀ ਓਮ ਹੈਗੀ ਹੈਗੀ ਪ੍ਰਤੀਰੋਧ ਦੀ ਪ੍ਰਤੀਰੋਧ ਦੀ ਰੈਜ਼ਿਸਟੈਂਸ ਦੀ ਪ੍ਰਤੀਰੋਧਕਤਾ ਦੀ ਕਿਹੜੀ ਹੈ ਓਮ ਮੀਟਰ ਫਾਰਮੂਲਾ ਵੀ ਇੱਕ ਵਾਰ ਤੁਸੀਂ ਯਾਦ ਰੱਖ ਸਕਦੇ ਹੋ ਇਹਦੇ ਨਾਲ ਡਿਨੋਟ ਕਰਦੇ ਆ ਪ੍ਰਤੀਰੋਧਕਤਨ ਇਹਨੂੰ ਕਹਿੰਦੇ ਰੋ ਠੀਕ ਹੈ ਇਹ ਗਏ ਨੇ R A L ਇਹ ਫਾਰਮੂਲਾ ਦਾ ਇਹ ਯਾਦ ਵੀ ਰੱਖਣਾ ਨੰਮਰਿਕਲ ਦੇ ਵਿੱਚ ਵੀ ਵਰਤਿਆ ਜਾਊਗਾ ਠੀਕ ਹੈ ਇੱਥੇ ਦੀ ਯੂਨਿਟ ਬਣ ਜੂਗੀ ਦੇਖੋ R ਦੀ R ਨੂੰ ਕੀ ਕਹਿੰਦੇ ਨੇ ਆਪਾਂ ਓਮ ਇਸ ਤਰ੍ਹਾਂ ਓਮ ਨੂੰ ਡਿਨੋਟ ਕਰਦੇ ਆਪਾਂ ਓਮ ਏਰੀਆ ਦੀ ਮੀਟਰ ਸਕਰ ਤੇ ਲੈਂਥ ਦੀ ਮੀਟਰ ਮੀਟਰ ਨਾਲ ਮੀਟਰ ਸਕਰ ਕੈਨਸਲ ਤਾਂ ਕਿਹੜੀ ਰਹਿ ਗਈ ਆਪਣੇ ਕੋਲੇ ਓਮ ਮੀਟਰ ਤਾਂ ਆਪਸ਼ਨ ਆਪਣੀ ਕਿਹੜੀ ਆ ਫਸਟ ਰਾਈਟ ਹੈ கரੈਕਟ ਹੈ ਇਹ ਲਿਖਿਆ ਵਿੱਚੋਂ ਅਪਵਰਤਨ ਲਈ ਕਿਹੜਾ ਪਦਾਰਥ ਨਹੀਂ ਵਰਤੇ ਜਾ ਸਕਦਾ ਪਾਣੀ ਸ਼ੀਸ਼ਾ ਪਲਾਸਟਿਕ ਜਾਂ ਫਿਰ ਕਲੇ ਜਾਂ ਫਿਰ ਕਲੇ ਕਿਹੜਾ ਨਹੀਂ ਵਰਤੇ ਜਾ ਸਕਦਾ ਇਹ ਦੇਖੋ ਫਿਰ ਦੇਖੋ ਅਪਵਰਤਨ ਲਈ ਪਦਾਰਥ ਪਹਿਲਾਂ ਤਾਂ ਪਾਰਦਰਸ਼ੀ ਹੋਣਾ ਜ਼ਰੂਰੀ ਹੈ ਕੀ ਜ਼ਰੂਰੀ ਹੈ ਪਾਰਦਰਸ਼ੀ ਹੋਣਾ ਜ਼ਰੂਰੀ ਹੈ ਜਿਸ ਦੇ ਵਿੱਚੋਂ ਲਾਈਟ ਟਰਾਂਸਫਰ ਹੋ ਜੇ ਠੀਕ ਹੈ ਲਾਈਟ ਕ੍ਰੋਸ ਹੋ ਜੇ ਤਾਂ ਕ੍ਰੋਸ ਹੋ ਜੇ ਕ੍ਰੋਸ ਦੇਖੋ ਪਾਣੀ ਦੇ ਵਿੱਚ ਵੀ ਕ੍ਰੋਸ ਹੁੰਦੀ ਹੈ ਸ਼ੀਸ਼ੇ ਦੇ ਵਿੱਚ ਵੀ ਕ੍ਰੋਸ ਹੁੰਦੀ ਹੈ ਪਲਾਸਟਿਕ ਦੇ ਵਿੱਚ ਵੀ ਕ੍ਰੋਸ ਹੁੰਦੀ ਹੈ ਤਾਂ ਕਿਹੜਾ ਪਦਾਰਥ ਨਹੀਂ ਵਰਤਿਆ ਜਾ ਸਕਦਾ ਟੁਕਲੇ ਕਿਉਂਕਿ ਕਲੇ ਇੱਕ ਅਪੈਕੀ ਹੈ ਅਪਾਰਦਰਸ਼ੀ ਵਸਤੂ ਹੈ ਜਿਸ ਦੇ ਵਿੱਚ ਪ੍ਰਕਾਸ਼ ਨਹੀਂ ਲੰਘ ਸਕਦਾ ਤਾਂ ਕਰਕੇ ਕਲੇ ਨਹੀਂ ਵਰਤੇ ਜਾਂਦਾ ਕਾਦੇ ਲਈ ਅਪਵਰਤਨ ਦੇ ਲਈ ਪ੍ਰਵਰਤਨ ਦੇ ਲਈ ਕਲੇ ਵਰਤਿਆ ਜਾਂਦਾ ਇਕੱਲਾ ਇੱਕ ਆਮ ਪਾਣੀ ਦੀ ਪੀਐਚ ਕਿੰਨੀ ਹੁੰਦੀ ਹੈ ਆਮ ਪਾਣੀ ਆਮ ਪਾਣੀ ਹੁਣ ਦੇਖੋ ਕਿਦਾਂ ਦਾ ਵੀ ਹੋ ਕਿੱਥੇ ਵੀ ਹੋ ਸਕਦਾ ਹੈ ਸਮੁੰਦਰ ਵਾਲਾ ਵੀ ਉਸ ਦਾ ਆਮ ਪਾਣੀ ਠੀਕ ਹੈ ਜਾਂ ਆਪਾਂ ਸਿੰਪਲ ਵੀ ਪੀਂਦੇ ਹਾਂ ਉਹ ਵੀ ਹੋ ਸਕਦਾ ਹੈ ਇੱਕ ਹੁੰਦਾ ਸ਼ੁੱਧ ਪਾਣੀ ਸ਼ੁੱਧ ਪਾਣੀ ਦੇ ਵਿੱਚ ਕਿਹਨੀਆਂ ਜਿਹੜੀਆਂ ਇੰਪਿਉਰਿਟੀਆਂ ਹੁੰਦੀਆਂ ਨੇ ਸਾਰੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਤਾਂ ਹੁਣ ਆਮ ਪਾਣੀ ਦੀ ਪੀਐਚ ਦੱਸਣੀ ਹੈ ਆਪਾਂ 4 ਹੁੰਦੀ ਹੈ 8.3 ਹੁੰਦੀ ਹੈ 7.0 ਹੁੰਦੀ ਹੈ ਜਾਂ 0.0 ਹੁੰਦੀ ਹੈ ਆਮ ਤੇ ਸ਼ੁੱਧ ਇਹਦੇ ਵਿੱਚ ਫਰਕ ਹੈ ਦੇਖੋ ਸ਼ੁੱਧ ਪਾਣੀ ਦੀ ਪੀਐਚ ਹੁੰਦੀ ਹੈ ਜਿਹੜੀ 7.0 ਹੁੰਦੀ ਹੈ ਆਮ ਪਾਣੀ ਦੀ ਪੀਐਚ ਕਿੰਨੀ ਹੁੰਦੀ ਹੈ 1.4 4.0 ਮੀਨਸ ਆਪਾਂ ਕਹਿ ਸਕਦੇ ਹਾਂ ਫਸਟ ਆਨਸਰ ਹੈ ਜਿਹੜਾ ਰਾਈਟ ਹੈ ਕਿਉਂ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਇੰਪਿਉਰिटीज ਹੁੰਦੀਆਂ ਨੇ ਅਸ਼ੁੱਧੀਆਂ ਹੁੰਦੀਆਂ ਨੇ ਆਮ ਪਾਣੀ ਦੇ ਵਿੱਚ ਤੇ ਇੱਕ ਕੀ ਹੁੰਦੀ ਹੈ ਕਾਰਬਨ ਡਾਈਆਕਸਾਈਡ ਹੁੰਦੀ ਹੈ ਜਿਹਦੇ ਕਾਰਨ ਇਹਦੀ ਪੀਐਚ ਕਿਉਂ ਨਹੀਂ ਘਟ ਜਾਂਦੀ ਮੀਨਸ ਥੋੜਾ ਜਿਹਾ ਤਜਾਬੀ ਹੁੰਦਾ ਪਾਣੀ ਆਮ ਪਾਣੀ ਜਿਹੜਾ ਲਾਸਟ ਕੁਐਸਚਨ ਹੈ ਜਿਹੜਾ ਆਪਣਾ ਠੀਕ ਹੈ ਇਹ ਤੁਸੀਂ ਸਟੱਡੀ ਕਰੋ ਤੇ ਕਮੈਂਟ ਦੇ ਵਿੱਚ ਇਸ ਦਾ ਆਨਸਰ ਦੇਣਾ ਸੀ ਠੀਕ ਹੈ ਹੋਰ ਜਿਹੜਾ ਅਸੀਂ ਕੱਲ ਨੂੰ ਲੈਕਚਰ ਲਗਾਵਾਂਗੇ ਉਦੇ ਵਿੱਚ ਕੀ ਕਰ ਸਕਦੇ ਹੋ ਤੁਸੀਂ ਉਹਦੇ ਵਿੱਚ ਅਪ ਡਿਸਕਸ ਕਰਾਂਗੇ ਤੇ ਇਸ ਦਾ ਅਨਸਰ ਦੇਣਾ ਕੁਐਸਚਨ ਦੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੇਖੋ ਕੀ ਹੈ ਜੇਕਰ ਸਿਲ버 ਅਤੇ ਹਾਈਡਰੋਕਲੋਰਿਕ ਐਸਿਡ ਨੂੰ ਘੋਲਿਆ ਜਾਵੇ ਤਾਂ ਕੀ ਵਾਪਰੇਗਾ ਸਿਲ버 ਕਲੋਰਾਈਡ ਤੇ ਹਾਈਡਰੋਜਨ ਗੈਸ ਉਤਪੰਨ ਹੋਵੇਗੀ ਕਿਰਿਆ ਨਹੀਂ ਹੋਵੇਗੀ ਸਿਲ버 ਕਲੋਰੀਨ ਤੇ ਹਾਈਡਰੋਜਨ ਤਿੰਨੋਂ ਉਤਪੰਨ ਹੋਣਗੇ ਜਾਂ ਪ੍ਰੋਕਤ ਕੋਈ ਨਹੀਂ ਇਹਦਾ ਅਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਤੁਸੀਂ ਅਗਰ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਠੀਕ ਹੈ ਤੇ ਆਪਣਾ ਚੈਨਲ ਜਿਹੜੇ ਨਿਊ ਸਟੂਡੈਂਟ ਸਟੂਡੈਂਟ ਨੇ ਸਬਸਕ੍ਰਾਈਬ ਜਰੂਰ ਕਰੋ ਤੇ ਹੋ hope ਹੈ ਕਿ ਤੁਹਾਨੂੰ ਕਲਾਸ ਵਧੀਆ ਲੱਗੀ ਹੋਵੇਗੀ ਅਗਰ ਤੁਹਾਡਾ ਰਿਸਪੌਂਸ ਲੈ ਚੰਗਾ ਰਿਹਾ ਤਾਂ ਆਪਾਂ ਨੈਕਸਟ ਕਲਾਸ ਠੀਕ ਹੈ ਲਗਾਵਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਕਿ ਇਸ ਤਰ੍ਹਾਂ ਦੇ MCQ ਤੁਹਾਡੇ ਲਈ ਹਰ ਰੋਜ਼ ਲੈ ਕੇ ਆਈਏ ਠੀਕ ਹੈ ਜੀ ਤਾਂ ਇਸ ਦਾ ਆਨਸਰ ਕੀ ਕਰਨਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਥੈਂਕ ਯੂ